ਸਕਦਾ ਹੈ ਇੱਥੇ ਸੜਕ ਜਾਮ ਕਰਨ ਤੋਂ ਸਾਨੂੰ ਕੌਣ ਰੋਕ ਸਕਦਾ ਹੁਣ ਇੱਥੇ ਨਿਯੰਤਰਣ ਸਾਨੂੰ ਵੱਧ ਤੋਂ ਵੱਧ ਡੰਡਾ ਮਾਰ ਕੇ ਤੁਸੀਂ ਬਾਹਰ ਹੀ ਕਰ ਦਿਓ ਨਾ ਸਾਨੂੰ ਚੁੱਕੋਗੇ ਸਾਰਾ ਇਲਾਕਾ ਹੋਊਗਾ ਸਾਨੂੰ ਪਤਾ ਇਸ਼ੂ ਏਦਾਂ ਦਾ ਇੰਨਾ ਸੈਂਸਿਟਿਵ ਹੈ ਇਹਦੇ ਤੇ ਹਰ ਬੰਦੇ ਨੂੰ ਸਾਡੇ ਹੱਕ ਦੇ ਕਰਕੇ ਚੜ੍ਹ ਕੇ ਗੱਲ ਕਰਨੀ ਪਊਗੀ ਕਿਉਂਕਿ ਬੱਚੇ ਦੀ ਬਹੁਤ ਦਾ ਸਵਾਲ ਹੈ ਹਰ ਘਰ ਦੇ ਵਿੱਚ ਪੀਐਚਡੀ ਕਰਦੇ ਆ ਕਿੰਨਾ ਟਾਈਮ ਲੱਗਦਾ दूजे पासे जिहड़ी चीज प्रायर इन टाइम डॉक्यूमेंट है because obviously investigations are being investigated by many people. But if you look into this thing, there will be apprehensions raised over it. Definitely, I will look into this thing. So, there are apne inhe brother sahab mere ko milay bhi lagi is case mein. So, apne inhe statement se mat karne ke liye. So, I will take an example. Mainly, main ye dekho ji, ye aapne aapke je legal jo tusi keh rahe ho, tusi unna di statement zarur lo on record. सहारा ले रहे हो मैं भी जाके हाईकोर्ट को पूछूंगा कि तुसी किने लॉ दा लिया सहारा देखो गुस्सा ना करो जी मैं चाहता नहीं तुसी मैनू मजबूर कर रहे हो ने गल कहने थोनू ऑलरेडी जस्टिस शरावत साहब ने पूछा है कि तुसी मशीनरी ते दा परचा देता डू यू नो यू आर द फर्स्ट एसएसपी इन दिस कंट्री जिन्हें मशीनरी ते परचा देता ते मशीनरी माइनिंग करती है पंजाब च जिन्हें एसएसपी ने परचा दिता एक ने उन्होंने बदलता वो भी दुनिया ने वेख्या गवर्नर साहब भी नोटिस लै रहे कोर्स भी लै रहे तुम पहले एसएसपी साहब हो जी आखबर खबर है कि यही कुछ हो रहा इस परचे की परचा मतलब सुसाइड नोट के हिसाब से देख ही नहीं रहा सारे Sir, I have come here to seek justice. And with folded hands, I am not going to leave this police station till you give me the FIR. Because tusi jo eh gal keh rahe ho na ji ki oh bayan dewe, oh ta si nahi ji mauke te. Oh bayan de dunga matlab jo family ne dena. Magar tusi je ik bayan te tusi oh da ghar wala te oh da sohra phad liya te eh ta thode kol oh da kudi da likhti shuru ta ji. Odi dying declaration. ਇਹਦੇ ਚ ਤੁਹਾਨੂੰ ਕਿਉਂ ਕੋਈ ਲਿਖ ਕੇ ਦੇਣ ਦੀ ਲੋੜ ਹੈ ਤੁਹਾਡੀ ਮਜਬੂਰੀ ਕੀ ਹੈ ਕਿ ਤੁਹਾਨੂੰ ਇਹਦੇ ਚ ਲਿਖ ਕੇ ਦੇਣ ਦੀ ਲੋੜ ਹੈ ਦਿਸ ਇਜ਼ ਸੂ ਮੋਟੋ ਐਕਸ਼ਨ ਔਰ ਹਰਦੀਪ ਸਿੰਘ ਨੇ ਹਸਪਤਾਲ ਬੈਠੇ ਤੁਹਾਡੇ ਉਂਗਲ ਸਾਹਿਬ ਅੱਗੇ ਤੁਹਾਡੇ ਡਿਪਟੀ ਸਾਹਿਬ ਅੱਗੇ ਸਾਰੀ ਜੇ ਇਹ ਡਿਪਟੀ ਸਾਹਿਬ ਅੱਗੇ ਵੀ ਕਹਿਤਾ ਹੈ ਕਿ ਇਹ ਮੇਰੀ ਭੈਣ ਦੀ ਹੈਂਡ ਰਾਈਟਿੰਗ ਹੈ ਤੁਸੀਂ ਹੁਣ ਇਸ ਹੈਂਡ ਰਾਈਟਿੰਗ ਨੂੰ ਤਾਂ ਵੈਰੀਫਾਈ ਕਰਾਉਣ ਤੁਰ ਪਊਂਗੇ ਬਗੌਰ ਠੰਡੇ ਵਾਸਤੇ ਪਾਉਣਾ महसूस कर रहे क्योंकि हरजोत बैंस तो भार उठता जिदा वो कुड़ी आप जिहड़ी मरी है जिन्हें सुसाइड किया जो लिख के गई नहीं तवज्जो ही नहीं दे रहे
ਤੁਸੀਂ ਮੇਰੀ ਗੱਲ ਦਾ ਤਵੱਜੋ ਦਿਓ, ਇਹਨਾਂ ਦੀ ਗੱਲ ਦਾ ਤਵੱਜੋ ਦਿਓ ਕਿ ਮੈਨਾਂ ਜੋ ਜਿਹੜੀ ਦੁਨੀਆ ਖਾਲੀ ਸੰਸਾਰ ਨੂੰ ਅਲਵਿਦਾ ਕਹਿ ਗਈ ਉਹ ਜੋ ਲਿਖ ਕੇ ਗਈ ਉਹ ਉਹਨੂੰ ਕੌਣ ਸੁਣੂ? ਸੋਨੀ ਸਾਹਿਬ ਕੌਣ ਸੁਣੂ ਮੈਨੂੰ ਦੱਸ ਦਿਓ ਨਾ, ਵਿਚ ਕੋ ਵਿਚ ਲੋ ਮੈਨੂੰ ਲਾਸਟ ਗੱਲ ਦੱਸ ਦਿਓ, ਆਈ ਐਮ ਗੋਇੰਗ ਟੂ ਗੋ ਟੂ ਦ ਹਾਈ ਕੋਰਟ ਦੇ ਕਿਹੜੇ ਲੋ ਦਾ ਤੁਸੀਂ ਸਹਾਰਾ ਲੈ ਰਹੇ ਹੋ ਕਿ ਤੁਸੀਂ ਸੁਸਾਈਡ ਨੋਟ ਦੇ ਆਧਾਰ ਤੇ ਪਰਚਾ ਦਰਜ ਨਹੀਂ ਕਰਦੇ, ਮਗਰ ਤੁਸੀਂ ਕਿਸੇ ਹੋਰ ਦੇ ਬਿਆਨ ਤੇ ਪਰਚਾ ਦਰਜ ਕਰਤਾ? ਤੁਸੀਂ ਮੈਂ ਤਾਂ ਕਹੀ ਸੀ ਮੈਂ ਨਾ ਉਹਦੇ ਹਸਬੈਂਡ ਦੇ ਹੱਕ ਲਈ ਆਇਆ, ਨਾ ਮੈਂ ਉਹਦੇ ਵਿਰੋਧ ਚ ਆਇਆ, ਤਾਂ ਤੁਸੀਂ ਫਰਕ ਅੰਦਰ ਜੇਲੇ ਘਲਾਤਾ ਜੀ ਗਲਤ ਆ, ਜਿਹਦਾ ਨਾਂ ਲੈ ਕੇ ਗਈ ਹੈ ਉਹਨੇ ਨਾ ਤਾਂ ਆਪਦੇ ਹਸਬੈਂਡ ਦਾ ਨਾਂ ਲਿਖਿਆ ਜੀ, ਉਹਦੇ ਆਪਦੇ ਹਸਬੈਂਡ ਦਾ ਜੀ ਤੁਸੀਂ ਦੱਸ ਦਿਓ ਲਿਖਿਆ ਜੀ, ਤੁਸੀਂ ਪੜ੍ਹੀ ਨਹੀਂ ਨਾ ਤੁਸੀਂ ਬਾਰ ਬਾਰ ਨਾ ਹਸਬੈਂਡ ਵਾਲੇ ਪਾਰਟ ਦੀ ਜ਼ੋਰ ਦੇ ਰਹੇ, ਜੇ ਤੁਸੀਂ ਇਸ ਵਰਗੀ ਜਿਹੜੀ ਤੁਸੀਂ ਪਾਈ ਹੈ ਨਾ ਇਹਦਾ ਸਤਿਕਾਰ ਕਰੋ ਤੇ ਕਾਨੂੰਨ ਦਾ ਸਤਿਕਾਰ ਕਰੋ ਤੇ ਅੱਜ ਮੈਂ ਮਜਬੂਰੀ ਬਣ ਗਈ ਹੈ ਕਿ ਮਜੀਦ ਨੂੰ ਮੱਤ ਪਾਉਣਾ ਪੈ ਰਿਹਾ, ਤੁਹਾਡੀਆਂ ਲੱਤਾਂ ਕੰਮ ਉੱਠੀਆਂ ਨੇ, ਮਗਰ ਕਾਨੂੰਨ ਚੱਲੂਗਾ ਜੀ, ਕਾਨੂੰਨ ਦਾ ਪ੍ਰਧਾਨ ਮੰਤਰੀ ਲਈ ਵੀ ਉਹ ਹੈ, ਮੰਤਰੀ ਲਈ ਵੀ ਉਹ ਹੈ, ਸੰਤਰੀ ਲਈ ਵੀ ਉਹ ਹੈ, ਕਿਸੇ ਲਈ ਉਹ ਹੈ, ਤੁਸੀਂ ਉਸ ਕਾਨੂੰਨ ਨੂੰ ਲਾਗੂ ਕਰਨ ਤੋਂ ਘਬਰਾ ਰਹੇ ਹੋ, ਮਗਰ ਜੇ ਲੋਕ ਜਾਣ ਫਿਰ ਕਿਹਦੇ ਕੋਲ ਜਾਣਗੇ? ਇਨਵੈਸਟੀਗੇਸ਼ਨ ਅੱਗੇ ਹੋ ਰਹੀ ਹੈ ਇਸੀ ਕਰਕੇ ਸਰ ਤੁਸੀਂ ਰਿਕਾਰਡ ਚ ਲੈ ਰਹੇ ਹੋ, ਉਸ ਦੇ ਨਾਲ ਮਿੰਟੋ ਮਿੰਟ ਹੀ ਐਕਸ਼ਨ ਲੈ ਰਹੇ ਹੋ ਕਿ ਕੰਮ ਫੁੱਟ ਫੁੱਟ ਹੋ ਗਏ, ਜਿਹੜਾ ਆਹ ਵਾਲਾ ਪੁਆਇੰਟ ਹੈ ਇਹੀ ਤਾਂ ਮੇਰਾ ਪੁਆਇੰਟ ਹੈ।